ਅਸੀਂ ਇੱਥੇ ਆਪਣੇ ਹਸਪੀਟਲ ਵਿੱਚ ਪੇਨ ਕਲੀਨਿਕ ਦੀ ਜਿਹੜੀ ਹੈ ਇਨੋਗਰੇਸ਼ਨ ਕੀਤੀ ਹੈ, ਜਿਸ ਦੇ ਵਿੱਚ ਕਿ ਜਿਹੜੀਆਂ ਕ੍ਰੋਨਿਕ ਜੁਆਇੰਟ ਪੇਨਸ ਨੇ ਉਹਨਾਂ ਦਾ ਇਲਾਜ ਬਿਨਾਂ ਸਰਜਰੀ ਤੋਂ ਕਰਦੇ ਪਏ ਹਾਂ। ਇਹਨਾਂ ਸਾਰੇ ਮਰੀਜ਼ਾਂ ਦੀ ਦਰਦ ਨੂੰ ਖਤਮ ਕਰਨ ਵਾਸਤੇ ਜਿਹੜਾ ਹੈਗਾ ਅਸੀਂ ਕਈ ਐਸੀਆਂ ਟੈਕਨੀਕਸ ਲੈ ਕੇ ਆਏ ਹਾਂ ਜਿਨ੍ਹਾਂ ਦੇ ਨਾਲ ਉਹ ਪੇਸ਼ੈਂਟ ਆਪਣਾ ਜਿਹੜਾ ਸਮਾਂ ਹੈ ਅਤੇ ਕੁਆਲਿਟੀ ਆਫ ਲਾਈਫ ਆ ਚੰਗੇ ਤਰੀਕੇ ਨਾਲ ਬਤੀਤ ਕਰ ਸਕਦੇ ਆ ਦਰਦ ਰਹਿਤ। ਜਿਸ ਤਰ੍ਹਾਂ ਕਿ ਅਗਰ ਗੱਲ ਕਰੀਏ, ਜਿਸ ਤਰ੍ਹਾਂ ਜਵਾਨ ਜਿਹੜੇ ਲੋਕ ਨੇ ਕਿਸੇ ਵੇਲੇ ਉਹਨਾਂ ਦੇ ਗੋਡੇ ਦੇ ਵਿੱਚ ਉਹ ਕਹਿ ਦਿੰਦੇ ਨੇ ਮੋਚ ਆ ਗਈਆਂ, ਗੋਡਾ ਟਵਿਸਟ ਹੋ ਗਿਆ ਅਤੇ ਗੋਡੇ ਨੂੰ ਜੇਕਰ ਸੋਜ ਆ ਜਾਂਦੀ ਹੈ ਜਾਂ ਪਾਰਸ਼ਲ ਟੀਅਰਸ ਕਈ ਕਿਸਮ ਦੇ ਇਸ ਤਰ੍ਹਾਂ ਦੇ ਹੋ ਜਾਂਦੇ ਹਨ, ਉਹਨਾਂ ਦਾ ਇਲਾਜ ਬਿਨਾਂ ਆਪਰੇਸ਼ਨ ਤੋਂ ਕੀਤਾ ਜਾ ਸਕਦਾ ਹੈ। ਜਿਹਨਾਂ ਮਰੀਜ਼ਾਂ ਦੀ ਉਮਰ ਜ਼ਿਆਦਾ ਹੈ, ਬਜ਼ੁਰਗ ਹਨ ਅਤੇ ਉਹਨਾਂ ਨੂੰ ਨੀ ਰਿਪਲੇਸਮੈਂਟ ਸਰਜਰੀ ਐਡਵਾਈਜ਼ ਹੋ ਚੁੱਕੀ ਹੈ, ਉਹਨਾਂ ਵਾਸਤੇ ਸਾਡੇ ਕੋਲ ਇੱਕ ਟੈਕਨੀਕ ਹੈ ਜਿਸ ਨੂੰ ਕਿ ਰੇਡੀਓ ਫ੍ਰੀਕੁਐਂਸੀ ਐਬਲੇਸ਼ਨ ਕਿਹਾ ਜਾਂਦਾ ਹੈ, ਜਿਸ ਦੇ ਰਾਹੀਂ ਜਿਹੜੀਆਂ ਦਰਦ ਲੈ ਕੇ ਜਾਣ ਵਾਲੀਆਂ ਨਸਾਂ ਹੁੰਦੀਆਂ ਹਨ ਜੋ ਬ੍ਰੇਨ ਨੂੰ ਸਿਗਨਲ ਦਿੰਦੀਆਂ ਹਨ ਉਹਨਾਂ ਦਾ ਕਨੈਕਸ਼ਨ ਤੋੜ ਦਿੱਤਾ ਜਾਂਦਾ ਹੈ ਅਤੇ ਉਸ ਦੇ ਨਾਲ ਦਰਦ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਉਹ ਰਾਹਤ ਪਾ ਜਾਂਦੀ। ਮੇਰੀ ਸਾਰੇ ਸਭ ਨੂੰ ਇਹੀ ਸਲਾਹ ਹੈ ਜੀ ਕਿ ਆਪਣਾ ਇੱਕ ਹੈਲਦੀ ਲਾਈਫ ਸਟਾਈਲ ਅਪਣਾਉਣ, ਜਿਸ ਦੇ ਵਿੱਚ ਕਿ ਅੱਧੇ ਪੌਣੇ ਘੰਟੇ ਦੀ ਸੈਰ ਜਾਂ ਬ੍ਰਿਸਕ ਵਾਕ ਬਹੁਤ ਜ਼ਰੂਰੀ ਹੈ। ਜਿਹੜੇ ਯੰਗ ਬੰਦੇ ਹਨ ਜਾਂ 30-40 ਸਾਲ ਦੇ ਜਿਹੜੇ ਵੀ ਇੰਡੀਵਿਜੁਅਲਸ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਸਾਈਕਲਿੰਗ ਬਹੁਤ ਅੱਛੀ ਐਕਸਰਸਾਈਜ਼ ਹੈ, ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ। ਅੱਜ ਸਾਡੇ ਜੀਵਨ ਦੇ ਵਿੱਚ ਹਰ ਘਰ ਦੇ ਵਿੱਚ ਜੋੜਾਂ ਦੀ ਸਮੱਸਿਆ ਦੀ ਇੱਕ ਬੜੀ ਵੱਡੀ ਚੁਣੌਤੀ ਸਾਹਮਣੇ ਆਉਂਦੀ ਹੈ, ਕਿਉਂਕਿ ਅਕਸਰ ਲੋਕ ਇਹਨਾਂ ਦਰਦਾਂ ਕਰਕੇ ਬਹੁਤ ਪਰੇਸ਼ਾਨ ਰਹਿੰਦੇ ਨੇ ਔਰ ਅਗਰ ਕਿਸੇ ਡਾਕਟਰ ਸਾਹਿਬ ਕੋਲ ਜਾਂਦੇ ਹਾਂ ਤਾਂ ਕਹਿੰਦੇ ਜੀ ਇਸ ਦਾ ਓਪਰੇਸ਼ਨ ਕਰਾਇਆ ਜਾ ਰਿਹਾ, ਲੇਕਿਨ ਇਸ ਨੂੰ ਬਿਨਾਂ ਓਪਰੇਸ਼ਨ ਤੋਂ ਕਿਵੇਂ ਹੱਲ ਕੀਤਾ ਜਾ ਸਕਦਾ ਹੈ? ਤਾਂ ਅੱਜ ਅਸੀਂ ਇੱਕ ਮਾਹਿਰਾਂ ਦੀ ਟੀਮ ਨਾਲ ਕਰਾਂਗੇ, ਜੋ ਜਿਹੜੇ ਦੋ ਯੰਗ ਡਾਕਟਰਸ ਨੇ ਜੋ ਕਿ ਅੱਜ ਤੁਹਾਨੂੰ ਦੱਸਣਗੇ ਕਿ ਕਿਵੇਂ ਆਪਾਂ ਬਿਨਾਂ ਸਰਜਰੀ ਤੋਂ ਇਲਾਜ ਕਰਾ ਸਕਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲੇ ਗੱਲ ਤਾਂ ਇਹ ਜਿਹੜੀ ਪ੍ਰੋਬਲਮ ਹੈ ਅੱਜ ਕੱਲ੍ਹ ਅਸੀਂ ਖਾਣ ਪੀਣ ਤੋਂ ਬਹੁਤ ਸਾਰੀ ਚੀਜ਼ਾਂ ਦੇਖਦੇ ਹਾਂ ਆਉਂਦੀ ਹੈ, ਅਤੇ ਕਿਸ ਤਰ੍ਹਾਂ ਤੁਸੀਂ ਦਾਅਵਾ ਕਰ ਰਹੇ ਹੋ ਕਿ ਇਸ ਨੂੰ ਜਿਹੜਾ ਹੈ ਅਸੀਂ ਖਤਮ ਕਰ ਸਕਦੇ ਹਾਂ ਕਿ ਤੁਹਾਡੀ ਤਕਨੀਕ ਦੇ ਨਾਲ? ਦੇਖੋ, ਮੈਂ ਡਾਕਟਰ ਪਰਮਪ੍ਰੀਤ ਸਿੰਘ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਤੋਂ। ਅਸੀਂ ਇੱਥੇ ਆਪਣੇ ਹੋਸਪਿਟਲ ਵਿੱਚ ਪੇਨ ਕਲੀਨਿਕ ਦੀ ਜਿਹੜੀ ਹੈ ਇਨੋਗਰੇਸ਼ਨ ਕੀਤੀ ਹੈ, ਜਿਸ ਦੇ ਵਿੱਚ ਕਿ ਜਿਹੜੀਆਂ ਕ੍ਰੋਨਿਕ ਜੁਆਇੰਟ ਪੇਨਸ ਨੇ ਉਹਨਾਂ ਦਾ ਇਲਾਜ ਬਿਨਾਂ ਸਰਜਰੀ ਤੋਂ ਕਰਦੇ ਪਏ ਹਾਂ, ਬਿਨਾਂ ਚੀਰਾ ਦਿੱਤੇ, ਬਿਨਾਂ ਮਰੀਜ਼ ਨੂੰ ਦਾਖਲ ਕੀਤੇ ਉਹਨਾਂ ਦਾ ਇਲਾਜ ਕਰ ਰਹੇ ਹਾਂ। ਜਿਹੜੇ ਕਿ ਮਰੀਜ਼ ਆਪਣਾ ਕਿਸੇ ਕਾਰਨ ਕਰਕੇ ਓਪਰੇਸ਼ਨ ਨਹੀਂ ਕਰਾ ਸਕਦੇ ਜਾਂ ਜੋੜ ਨਹੀਂ ਬਦਲਵਾ ਸਕਦੇ, ਜਾਂ ਉਹ ਫਾਈਨੈਂਸ਼ੀਅਲ ਤੌਰ 'ਤੇ ਹੋਣ, ਜਾਂ ਉਹ ਪੇਸ਼ੈਂਟ ਮੈਡੀਕਲੀ ਅਨਫਿਟ ਹੋਣ, ਜਾਂ ਕਿਸੇ ਕਾਰਨ ਕਰਕੇ ਉਹ ਚਾਹੁੰਦੇ ਹਨ ਕਿ ਕੁਝ ਸਮਾਂ ਪਾ ਦਿੱਤਾ ਜਾਵੇ, ਸੋ ਇਹਨਾਂ ਸਾਰੇ ਮਰੀਜ਼ਾਂ ਦੀ ਦਰਦ ਨੂੰ ਖਤਮ ਕਰਨ ਵਾਸਤੇ ਜਿਹੜਾ ਹੈਗਾ ਅਸੀਂ ਕਈ ਐਸੀਆਂ ਟੈਕਨੀਕਸ ਲੈ ਕੇ ਆਏ ਹਾਂ ਜਿਨ੍ਹਾਂ ਦੇ ਨਾਲ ਉਹ ਪੇਸ਼ੈਂਟ ਆਪਣਾ ਜਿਹੜਾ ਸਮਾਂ ਹੈ ਅਤੇ ਕੁਆਲਿਟੀ ਆਫ ਲਾਈਫ ਆ ਚੰਗੇ ਤਰੀਕੇ ਨਾਲ ਬਤੀਤ ਕਰ ਸਕਦੇ ਆ ਦਰਦ ਰਹਿਤ। ਤਾਂ ਸਰ, ਇਹ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਕਿ ਅਗਰ ਅਸੀਂ ਗੱਲ ਕਰੀਏ, ਕਿਉਂਕਿ ਅਕਸਰ ਡਾਕਟਰ ਉਹ ਕਹਿੰਦੇ ਤੁਹਾਡੀ ਗਰੀਸ ਖਤਮ ਹੋ ਗਈ ਹੈ ਅਤੇ ਹੁਣ ਇਹਦਾ ਇਲਾਜ, ਖਾਸ ਕਰਕੇ ਗੋਡਿਆਂ ਦੀ ਗੱਲ ਕਰੀਏ ਅਤੇ ਗੋਡਿਆਂ ਵਾਸਤੇ ਓਪਰੇਸ਼ਨ ਹੀ ਜਿਹੜਾ ਸਿੱਧੇ ਤੌਰ 'ਤੇ ਉਹਨਾਂ ਨੂੰ ਕਿਹਾ ਜਾਂਦਾ? ਦੇਖੋ, ਜਿਹੜੇ ਮਰੀਜ਼ ਨੂੰ ਗੋਡਿਆਂ ਵਾਸਤੇ ਓਪਰੇਸ਼ਨ ਕਿਹਾ ਜਾਂਦਾ ਹੈ, ਸੋ ਉਹ ਮਰੀਜ਼ ਆਲਰੇਡੀ ਜਿਹੜੀ ਉਹਦੀ ਬਿਮਾਰੀ ਹੈ ਆਪਣੀ ਚਰਨ ਸੀਮਾ ਤੱਕ ਬਹੁਤ ਐਡਵਾਂਸ ਸਟੇਜ ਤੱਕ ਪਹੁੰਚ ਚੁੱਕੀ ਹੁੰਦੀ ਹੈ ਅਤੇ ਉਹਦਾ ਅਲਟੀਮੇਟ ਜਿਹੜਾ ਮੈਂ ਸੋਲੂਸ਼ਨ ਦੀ ਗੱਲ ਕਰਾਂ ਉਹ ਨੀ ਰਿਪਲੇਸਮੈਂਟ ਹੀ ਹੈ। ਪਰ ਜੇਕਰ ਉਹ ਕਿਸੇ ਕਾਰਨ ਕਰਕੇ ਓਪਰੇਸ਼ਨ ਨਹੀਂ ਕਰਵਾ ਸਕਦਾ ਤਾਂ ਉਹਦੇ ਵਾਸਤੇ, ਉਹਦੀ ਦਰਦ ਨੂੰ ਖਤਮ ਕਰਨ ਵਾਸਤੇ ਸਾਡੇ ਕੋਲ ਹੁਣ ਐਸੇ ਉਪਰਾਲੇ ਹਨ ਜਿਨ੍ਹਾਂ ਦਾ ਅਸੀਂ ਇਸਤੇਮਾਲ ਕਰਕੇ ਉਹਦੀ ਦਰਦ ਖਤਮ ਕਰ ਸਕਦੇ ਹਾਂ। ਕੀ ਓਪਰੇਸ਼ਨ ਤੋਂ ਬਿਨਾਂ ਗੋਡਿਆਂ ਨੂੰ ਬਚਾਇਆ ਜਾ ਸਕਦਾ? ਪਹਿਲਾ ਸਵਾਲ ਸਿੱਧੀ ਸਟ੍ਰੇਟ ਫਾਰਵਰਡ ਹੈ ਕਿ ਓਪਰੇਸ਼ਨ ਤੋਂ ਬਿਨਾਂ ਵੀ ਗੋਡੇ ਬਚਾਏ ਜਾ ਸਕਦੇ? ਦੇਖੋ, ਜੇਕਰ ਮਰੀਜ਼ ਸਾਡੇ ਕੋਲ ਬਹੁਤ ਅਰਲੀ ਸਟੇਜਸ ਦੇ ਨਾਲ ਬਿਮਾਰੀ ਨੂੰ ਲੈ ਕੇ ਆਵੇ, ਜਿਸ ਤਰ੍ਹਾਂ ਕਿ ਪਹਿਲੀ ਜਾਂ ਦੂਸਰੀ ਸਟੇਜ ਦੇ ਵਿੱਚ, ਫਿਰ ਅਸੀਂ ਉਸ ਦੀ ਬਿਮਾਰੀ ਨੂੰ ਡਿਲੇ ਕਰ ਸਕਦੇ ਹਾਂ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਉਹਦੀ ਸਰਜਰੀ ਅਗਲੇ 4-5 ਸਾਲ ਤੱਕ ਹੋਣੀ ਸੀ ਤਾਂ ਇਹਨਾਂ ਟੈਕਨੀਕਸ ਦੇ ਨਾਲ ਉਹ ਲੰਮਾ ਸਮਾਂ ਜਿਹੜਾ ਹੈ ਬਿਨਾਂ ਆਪਰੇਸ਼ਨ ਤੋਂ ਗੁਜ਼ਾਰ ਸਕਦਾ ਹੈ। ਬਿਨਾਂ ਆਪਰੇਸ਼ਨ ਦੇ ਉੱਤੇ ਤੁਹਾਡੇ ਸਵਾਲ ਕਰਾਂਗੇ, ਕਿਹੜੇ ਕਿਹੜੇ ਐਸੇ ਲੱਛਣ ਨੇ ਜਿਹੜੇ ਵਿਅਕਤੀ ਦੇ ਅੰਦਰ ਹੈ ਜਿਹਨੂੰ ਕਿ ਓਪਰੇਸ਼ਨ ਤੋਂ ਬਚਾ ਕੇ ਤੁਸੀਂ ਕੰਮ ਕਰ ਸਕਦੇ ਹੋ, ਕਿਉਂਕਿ ਕੌੜੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਜਿਹਦੇ ਕਰਕੇ ਉਹ ਤੁਸੀਂ ਉਹਨੂੰ ਓਪਰੇਸ਼ਨ ਤੋਂ ਬਿਨਾਂ ਕਰ ਸਕਦੇ? ਜਿਸ ਤਰ੍ਹਾਂ ਕਿ ਅਗਰ ਗੱਲ ਕਰੀਏ, ਜਿਸ ਤਰ੍ਹਾਂ ਜਵਾਨ ਜਿਹੜੇ ਲੋਕ ਨੇ ਕਿਸੇ ਵੇਲੇ ਉਹਨਾਂ ਦੇ ਗੋਡੇ ਦੇ ਵਿੱਚ ਉਹ ਕਹਿ ਦਿੰਦੇ ਨੇ ਮੋਚ ਆ ਗਈਆਂ, ਗੋਡਾ ਟਵਿਸਟ ਹੋ ਗਿਆ ਅਤੇ ਗੋਡੇ ਨੂੰ ਜੇਕਰ ਸੋਜ ਆ ਜਾਂਦੀ ਹੈ ਜਾਂ ਪਾਰਸ਼ਲ ਟੀਅਰਸ ਕਈ ਕਿਸਮ ਦੇ ਇਸ ਤਰ੍ਹਾਂ ਦੇ ਹੋ ਜਾਂਦੇ ਹਨ, ਉਹਨਾਂ ਦਾ ਇਲਾਜ ਬਿਨਾਂ ਆਪਰੇਸ਼ਨ ਤੋਂ ਕੀਤਾ ਜਾ ਸਕਦਾ ਹੈ, ਜਿਸ ਵਿੱਚ ਅਸੀਂ PRP ਯੂਜ਼ ਕਰਦੇ ਹਾਂ, ਜਿਸ ਦੇ ਨਾਲ ਕਿ ਥੋੜ੍ਹਾ ਜਿਹਾ ਮਰੀਜ਼ ਦਾ ਬਲੱਡ ਲੈ ਕੇ ਉਹਦੇ 'ਚੋਂ ਰਿਪੇਅਰ ਵਾਲੇ ਸੈੱਲ ਵੱਖਰੇ ਕਰਕੇ ਉਹ ਗੋਡੇ ਦੇ ਵਿੱਚ ਲਗਾਏ ਜਾਂਦੇ ਹਨ। ਮਤਲਬ ਅਗਰ ਇਲਾਜ ਹੈ ਤਾਂ ਇਲਾਜ ਦੀ ਦਵਾ ਵੀ ਸਾਡੇ ਸਰੀਰ ਦੇ ਅੰਦਰ ਹੀ ਹੈ?
जी तुसी ठीक कह रहे हो बिल्कुल। सो इस नूं शरीर दे विचों ही ब्लड विचों लैके ते वखरा छांट लिया जाता है उसदे नंबर सैल दे जिहड़े वधा के वो जिथे डैमेज हुंदी है उत्थे उसका इस्तेमाल किया जाता है। तो सर होर किहड़े किहड़े लक्षण ने खास करके जिहड़ियां वृद्ध औरतां ने जिहड़ियां साडियां बजुर्ग ने उहनां नूं किस तरीके दे नाल जिहड़ा है कित्थों तक जिहड़ा सर्जरी तों बिना रख्या जा सकदा? देखो जिवें मैं तुहानूं पहले दस्या कि दर्द दे इलाज वास्ते जिहड़े ऑलरेडी जिन्हां मरीज़ां दी उम्र ज़्यादा है बजुर्ग हैं तो उन्होंने नी रिप्लेसमेंट सर्जरी एडवाइज हो चुकी है उन्हां वास्ते साडे कोल एक टैक्नीक है जिसनों कि रेडियो फ्रीकुएंसी एबलेशन कहा जाता है जिस दे राही जिहड़ियां दर्द लैके जाण वालियां नसां हुंदियां हन जो ब्रेन नूं सिग्नल दिंदियां हन उन्हां दा कनैक्शन तोड़ दिता जाता है और उस दे नाल दर्द दे विच बहुत ज़्यादा जिहड़ी है वह राहत पा जाती। किन्ने परसेंट की सक्सैस रेट असीं इहदे विच कहांगे? जेकर मैं गल करा कि एक तो दस तक जो मरीज़ नूं 9 या 10 की दर्द रह रही थी तो वह जिहड़ी दर्द खत्म हो के 2 या 3 ते आ जाती है जिहड़ी कि मैं कहांगा कि इन्नी क रह जाती है कि वह उसनूं शायद उसका ज़्यादा वो ख्याल भी ना करन। सर मैं चाहवागा हूँ तुम एडवाइस करो लोगों को कि चीज़ों का सेवन कर किस तरह का अपना लाइफ स्टाइल रखें जिदे कि अभी इस बीमारी तो बच सकी। मेरी सारे सब नूं यही सलाह है जी कि अपना एक हैल्दी लाइफ स्टाइल अपनाउन जिस दे विच के अद्धे पौने घंटे की सैर या ब्रिस्क वॉक बहुत जरूरी है। जिहड़े यंग बंदे हैं या 30-40 साल के जिहड़े भी इंडिविजुअल्स हैं उन्होंने चाहिए है कि साइकलिंग बहुत अच्छी एक्सरसाइज है, हाई प्रोटीन डाइट लेनी चाहिए है, फिजिकल एक्टिविटी जिहड़ी है वो ज़्यादा रखनी चाहिए है, हाई फाइबर डाइट लेनी चाहिए है। सो साइकलिंग एक बहुत वधिया उपराला है जिहदे नाल कि जिहड़े जोड़ हैं वो ठीक रहिंदे हैं। स्विमिंग एक बहुत अच्छी एक्सरसाइज है जिहड़े लोग करना जानते हैं तो इस दे नाल नाल ही अपने जिहड़े भार है वजन नूं भी कंट्रोल च रखना बहुत जरूरी है ताकि तुहाडे जिहड़े जोड़ां की सेहत है वह तंदुरुस्त रहे। खाण पीन की चीज़ों किस चीज़ का परहेज किया जा सकता है? खाण पीन दे विच ऐसियां चीज़ां जिहड़ियां कि बीमारियों तो बचाण जिस तरह के शूगर तो बचाण वाली चीज़ां ज़्यादा मिठा नहीं खाना चाहिए, तलियां चीज़ां मिर्च मसाले वाली चीज़ों का जिहड़ा है घट उपयोग करना चाहिए है, तो जिहड़ा है फल फ्रूट हरियां सब्जियां का ज़्यादा सेवन करना चाहिए है, प्रोटीन डाइट लै लेनी चाहिए है, अंडा या जिहड़े लोग नॉन वैजीटेरियन हैं वो हफ्ते एक दो बारी जिहड़ा नॉन वैजीटेरियन का भी प्रयोग कर सकते हैं, तो ड्राई फ्रूट्स जिस तरह के अखरोट हो गया बादाम हो गए ये हड्डियों की सेहत वास्ते बहुत जरूरी हैं। तुहाडी तकनीक की गल करांगा क्या ये तुहाडी तकनीक सेफ है क्योंकि हर कोई बंदा चाहता कि शायद मैं करा इहदा कोई साइड इफेक्ट ना आ जाए मैनूं? जी बिल्कुल ये टैक्नीक्स जिहड़ियां ने ये बहुत सेफ ने बिकॉज जेकर मैं PRP की गल करा तो ये मरीज़ के अपने खून चो तैयार किया जाता है तो उसके अपने शरीर में ही लग जाता है सो इसका साइड इफेक्ट कोई नहीं होंगे। सो इनू असी एन नंबर ऑफ टाइम्स यानी कि बहुत ज़्यादा किन्नी बारी भी यूज़ कर सकते हाँ अते क्योंकि ये कोई दुकान पर मिलने वाला या फार्मेसी पर मिलने वाला पदार्थ नहीं है। असं कह सकते हैं कि अगर गोडिया की दर्दा ने तो वह हल भी थोड़े अपने शरीर के अंदर है? जी बिल्कुल असी अपने शरीर के अंदर ऐसे बहुत कुदरत वालों सानू ट्रेजर दिते गए हैं जिन्हां दी उपयोग बारे सानू हौली हौली हुण पता लगना शुरू होया है अते हुण उसका इस्तेमाल जिहड़ा है पूरी दुनिया में बहुत वड्डे स्तर ते कीता जा रहा है। जी शुक्रिया था डॉक्टर साहब ने तो होर भी स्पेशलिस्ट ने साडे उन्हां नाल गलबात करांगे। कितना फायदा लोगों को मिल रहा है इस तरह की तकनीक से? सी देखिए इस ये सारी जो टेक्निक्स है इंडिया में भले ही अभी आई हुए लास्ट 5-7 साल में पॉपुलर हो रही है बट अमेरिका में यूरोप में पिछले 50 साल से ये ट्रीटमेंट्स चल रहे हैं और बहुत लोगों को फ़ायदा हो रहा है। सो इसका उपयोग तो बहुत है क्योंकि क्रॉनिक पेन का पेशेंट हर घर में है, हर घर में कोई बंदा है जिसको इधर जिसको क्रॉनिक पेन है, नी पेन है, बैक पेन है, एंकल नेक या कोई भी डिफरेंट काइंड का पेन है। सो ये सारा ट्रीटमेंट उन्हीं लोग के लिए डायरेक्टेड है जो लोग क्रॉनिक पेन से सफ़र कर रहे हैं, जो लोग के लिए सर्जरी राइट ऑप्शन नहीं है, इधर मेडिकली वो अनफिट है या फिर सर्जरी अभी उनका डिजीज़ उतना नहीं हुआ है कि सर्जरी तक पहुंचे। जो चीज़ मैं बताने की कोशिश कर रहा हूँ कि ये सारी जो क्रॉनिक प्रॉब्लम्स है ना ये एक दिन 10 दिन 15 दिन में नहीं होती है, ये 5 साल 10 साल 15 साल लग के होती है। जब पेशेंट हमारे पास आते हैं वो ऑलरेडी 3 से 5 साल स्ट्रगल कर रहे हैं। सो अभी जैसे घुटना घिसने की बात हुई, अभी सर्जरी तक और डिजीज़ शुरू होने 15-20 साल का टाइम है, तो 15-20 साल का पेन शुरू हो गया है बट वो सर्जरी के लिए एग्जैक्टली अभी है टाइम। सो क्या किया जाए उस गैप में जब आपको मालूम है कि घुटना घिसने वाला है, आपका स्टार्ट हो गया है, लेट 30s अर्ली 40s में पेन स्टार्ट हो गया है, तभी बेस्ट रिजल्ट्स आते हैं।
और हमारी सारी ट्रीटमेंट्स के साथ हम पेशेंट से भी चाहते हैं बहुत पार्टिसिपेशन, उनको अच्छा खाना खाना है, अच्छी एक्सरसाइज करनी है, वेट को मैनेज करना है, वो सारा भी बहुत ज़रूरी है। डॉक्टर साहब, कैसी कैसी जोड़ों की दर्दा जी आई हैं थोड़ी इस जी पेन क्लीनिक के आनगियाँ? इस दे विच गोड्यां दे जोड़ां दीआं दर्दां हो गईयां, मोढ़े दी दर्द हो गई, कूनी दे जिहड़े जोड़ ने उन्हां दीआं दर्दां हो गईयां, ते गिट्टे दी दर्द हो गई, हील पेन हो गई, इन्हां सब दा इलाज किया जाता है। अते नाल दी नाल जिहड़ी मणकियां दी जिहनूं स्पाइनल पेन कहिंदे उन्हां दा भी ट्रीटमेंट किया जाता है। ਅਸੀਂ ਪ੍ਰੋਫੈਸ਼ਨਲ ਡਾਕਟਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਜੋੜਾਂ ਦੀ ਦਰਦਾਂ ਦੀ ਸਮੱਸਿਆ ਹੈ ਤਾਂ ਯਕੀਨ ਇਹ ਨਹੀਂ ਹੈ ਕਿ ਤੁਸੀਂ ਉਹਦਾ ਓਪਰੇਸ਼ਨ ਹੀ ਕਰਾਓ, ਉਹਦਾ ਹੱਲ ਹੈ ਕਿ ਉਹਦੀ ਇੱਕ ਜਿਹੜੀ ਲੈਬ ਜਿਹੜੀ ਹੈ ਇੱਥੇ ਖੋਲ੍ਹੀ ਗਈ ਹੈ, ਉਸ ਦੇ ਨਾਲ ਜਿਹੜਾ ਹੈ ਅਸੀਂ ਲੋਕਾਂ ਦਾ ਇਲਾਜ ਵੀ ਕਰਾ ਸਕਦੇ ਹਾਂ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।